ਸਾਡੇ ਕਿਸਾਨ ਕਿਸਾਨ ਮੇਲਿਆਂ 'ਚ ਨਹੀਂ ਜਾਂਦੇ ਜਿਹੜਾ ਸਿਹਤ ਯੂਨੀਵਰਸਿਟੀ ਛਾਪਦੀ ਆ ਉਹ ਨਹੀਂ ਪੜ੍ਹਦੇ ਅੱਜ ਕੱਲ ਜ਼ਮਾਨਾ ਇੰਟਰਨੈਟ ਦਾ ਆ ਗਿਆ ਇੰਟਰਨੈਟ ਤੇ ਤੁਹਾਨੂੰ ਬਹੁਤ ਜਾਣਕਾਰੀ ਯੂਨੀਵਰਸਿਟੀ ਦਿੰਦੀ ਆ ਉਹਨਾਂ ਦੀ ਆਪਣੀ ਸਾਈਟ ਆ ਉੱਥੇ ਬਹੁਤ ਜਾਣਕਾਰੀ ਪਈ ਹੋਈ ਆ ਤੁਸੀਂ ਉੱਥੋਂ ਲੈ ਸਕਦੇ ਹੋ ਇਸ ਤੋਂ ਇਲਾਵਾ ਯੂਨੀਵਰਸਿਟੀ ਟ੍ਰੇਨਿੰਗ ਕਰਾਉਂਦੀ ਆ ਖੇਤੀਬਾੜੀ ਵਿਭਾਗ ਟ੍ਰੇਨਿੰਗ ਕਰਾਉਂਦਾ ਹੈ ਬਾਗਬਾਨੀ ਵਿਭਾਗ ਕਰਾਉਂਦਾ ਹੈ ਮੱਛੀ ਪਾਲਣ ਵਿਭਾਗ ਪਰ ਕਰਾਉਂਦਾ ਹੈ ਪਸ਼ੂ ਪਾਲਣ ਵਿਭਾਗ ਕਰਾਉਂਦਾ ਤੁਹਾਡੇ ਵਿੱਚੋਂ ਬਹੁਤ ਸਾਰੇ ਕਿਸਾਨ ਉੱਤੇ ਨਹੀਂ ਜਾਂਦੇ ਉਹ ਆਵਾਜ਼ਾਂ ਮਾਰਦੇ ਰਹਿੰਦੇ ਨੇ ਫੋਨ ਕਰਦੇ ਆ ਰੇਡੀਓ ਟੀਵੀ ਅਖਬਾਰਾਂ ਚ ਆਪ ਜਾ ਕੇ ਪਰ ਜੇ ਵੇਖਿਆ ਉਹਨਾਂ ਦੇ ਮੈਂਬਰ ਵੀ ਕਈ ਵਾਰੀ ਪੂਰੇ ਨਹੀਂ ਹੁੰਦੇ ਉਹਨਾਂ ਨੂੰ ਸਮੱਸਿਆਵਾਂ ਆਉਂਦੀਆਂ ਨੇ ਹੁੰਦਾ ਕਿ ਸਰਕਾਰ ਵੱਲੋਂ ਕਈ ਕਿਸਮ ਦੇ ਪ੍ਰੋਗਰਾਮ ਚਲਾਏ ਜਾਂਦੇ ਆ ਕਈ ਤਾਂ ਸਬਸਿਡੀਆਂ ਹੁੰਦੀਆਂ ਨੇ ਜਿਵੇਂ ਮਸ਼ੀਨਾਂ ਦੇ ਉੱਤੇ ਜਿਹੜੀ ਖੇਤੀ ਨਾਲ ਸੰਬੰਧਿਤ ਹੈ ਭਾਵੇਂ ਕਿ ਮਹਿਕਮੇ ਦੇ ਵਿੱਚ ਕਈ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਕਿ ਲੋਕਾਂ ਤੱਕ ਨਹੀਂ ਪਹੁੰਚਣ ਦਿੰਦੇ ਕਾਗਜ਼ਾਂ 'ਤੇ ਹੀ ਰਹਿਣ ਦਿੰਦੇ ਆ ਇੱਕ ਸਕੈਮ ਵੀ ਪੰਜਾਬ ਦੇ ਵਿੱਚ ਬੜਾ ਵੱਡਾ ਆਇਆ ਹੋਇਆ ਜਿਹਦੀ ਕੇਂਦਰ ਸਰਕਾਰ ਨੇ ਜਿਹੜੀ ਆ ਉਹ ਇਨਵੈਸਟੀਗੇਸ਼ਨ ਕਰਨ ਦੇ ਵੀ ਆਰਡਰ ਦੇ ਦਿੱਤੇ ਆ ਜਿਹੜਾ ਅਸੀਂ ਸੰਭਾਲਣਾ ਸੀ ਇਹ ਆਪਣੀ 나ੜ ਹੈ ਤੇ ਪਰਾਲੀ ਹੈ ਤੇ ਬਾਕੀ ਜਿਹੜੀਆਂ ਚੀਜ਼ਾਂ ਬੱਤ ਖੁੱਝ ਜਾਂਦੀਆਂ ਨੇ ਖੇਤੀ ਨਹੀਂ ਉਹਨਾਂ ਨੂੰ ਕਿਵੇਂ ਆਪਾਂ ਖਾਦਾਂ ਦੇ ਵਿੱਚ ਬਦਲਣਾ ਜਾਂ ਵਰਤੋਂ ਵਿੱਚ ਲਿਆਉਣਾ ਉਦੇ ਨਾਲ ਜੁੜਿਆ ਇੱਕ ਬਹੁਤ ਵੱਡਾ ਸਕੈਮ ਆ ਕਿਉਂਕਿ ਸੈਂਟਰ ਨੇ ਪੈਸੇ ਦੇ ਦਿੱਤੇ تھے ਇਥੇ ਕਾਗਜ਼ਾਂ 'ਤੇ ਕਹਿੰਦੇ ਹੈਗੇ ਨੇ ਪ੍ਰੋਗਰਾਮ ਫਾਰਮਿੰਗ ਵਿਦ ਵਿਡੈਚ ਕੱਟ 40 40 ਕਿਸਾਨ ਭਰਾਓ ਤੇ ਕਿਸਾਨ ਭੈਣੋ ਸਤਿ ਸ਼੍ਰੀ ਅਕਾਲ ਅੱਜ ਕਿਸਾਨਾਂ ਦੇ ਲਈ ਤੁਹਾਡੇ ਲਈ ਕੁਝ ਉਹ ਗੱਲਾਂ ਆ ਮੇਰੇ ਕੋਲੇ ਜਿਨ੍ਹਾਂ ਨੂੰ ਬਹੁਤੇ ਕਿਸਾਨ ਧਿਆਨ ਚ ਨਹੀਂ ਰੱਖਦੇ ਤੁਸੀਂ ਕਹੋਗੇ ਕਿ ਕਿਹੜੀਆਂ ਗੱਲਾਂ ਨੇ ਵੀ ਅਸੀਂ ਤਾਂ ਸਾਰੀਆਂ ਧਿਆਨ ਚ ਰੱਖਦੇ ਆ ਪਰ ਮੇਰਾ ਤਜਰਬਾ ਇਹ ਹੈ ਕਿ ਸਾਡੇ ਬਹੁਤੇ ਕਿਸਾਨ ਵਿਗਿਆਨਕ ਢੰਗ ਨਾਲ ਖੇਤੀ ਕਰਨ ਬਾਰੇ ਕਿਉਂਕਿ ਜਿਹੜੇ ਛੋਟੇ ਕਿਸਾਨ ਹੈ ਵੱਡਿਆਂ ਦੀ ਆਪਾਂ ਗੱਲ ਨਹੀਂ ਕਰਦੇ ਵੱਡਿਆਂ ਦੀਆਂ ਤਾਂ ਮੌਜਾਂ ਹੁੰਦੀਆਂ ਉਹਨਾਂ ਦਾ ਇੱਥੇ ਘਾਟਾ ਵੀ ਪੈ ਜੇ ਕੋਈ ਫਰਕ ਨਹੀਂ ਪੈਂਦਾ ਸਮਸਿਆ ਛੋਟੇ ਕਿਸਾਨ ਦੀ ਆ ਉਸ ਕਿਸਾਨ ਦੀ ਜਿਹਦੇ ਕੋਲੇ 2 2 ਏਕੜ ਜ਼ਮੀਨ ਹੈ 5 ਕਿੱਲੇ 6 ਕਿੱਲੇ ਤੱਕ ਜ਼ਮੀਨ ਹੈ ਉਹ ਵਿਚਾਰਾ ਲੱਗਿਆ ਰਹਿੰਦਾ ਇਸ ਚੱਕਰ ਦੇ ਵਿੱਚ ਕਿ ਮੈਂ ਵੱਧ ਤੋਂ ਵੱਧ ਇਥੋਂ ਆਮਦਨ ਜਿਹੜੀ ਕੱਢ ਲਵਾਂ ਸੋ ਉਹਦੇ ਨਾਲ ਕੁਝ ਗੱਲਾਂ ਅਸੀਂ ਉਹਨਾਂ ਦੀ ਲਾਪਰਵਾਹੀ ਕਹਿ ਲਓ ਸਮਾਂ ਨਹੀਂ ਹੁੰਦਾ ਜਾਂ ਝਿਜਕ ਹੁੰਦੀ ਹੈ ਜਾਂ ਪਤਾ ਨਹੀਂ ਹੁੰਦਾ ਕਈ ਕਾਰਨ ਜਿਹੜੇ ਹੁੰਦੇ ਆ ਹੁਣ ਵੇਖੋ ਯੂਨੀਵਰਸਿਟੀ ਹਰ ਸਾਲ ਮੇਲੇ ਲਾਉਂਦੀ ਆ ਤੇ ਉਹਨਾਂ ਮੇਲਿਆਂ ਵਿੱਚ ਜਿਹੜੀ ਗਿਣਤੀ ਹੁੰਦੀ ਆ ਉਹ 4-5% ਕਿਸਾਨਾਂ ਦੀ ਹੁੰਦੀ ਆ ਪੂਰੇ ਹਿੰਦੁਸਤਾਨ ਦੇ ਮਾਫ ਕਰਨਾ ਪੰਜਾਬ ਦੇ ਤੇ ਉਹ ਕਿਸਾਨ ਜਿਹੜੇ ਆਉਂਦੇ ਨੇ ਉਹ ਵੀ ਆਪੋ ਆਪਣਾ ਕੰਮ ਕਰਕੇ ਚਲੇ ਜਾਂਦੇ ਆ ਉਹ ਵੀ ਆਪਣੀ ਜਾਣਕਾਰੀ ਅੱਗੇ ਨਹੀਂ ਪਹੁੰਚਾ ਸਕਦੇ ਕਿਉਂਕਿ ਉਹ ਵੀ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਹੁੰਦੇ ਆ ਸਾਡੇ ਕਿਸਾਨ ਕਿਸਾਨ ਮੇਲਿਆਂ 'ਚ ਨਹੀਂ ਜਾਂਦੇ ਜਿਹੜਾ ਸਿਹਤ ਯੂਨੀਵਰਸਿਟੀ ਛਾਪਦੀ ਆ ਉਹ ਨਹੀਂ ਪੜਦੇ ਅੱਜ ਕੱਲ੍ਹ ਜ਼ਮਾਨਾ ਇੰਟਰਨੈਟ ਦਾ ਆ ਗਿਆ ਇੰਟਰਨੈਟ ਤੇ ਤੁਹਾਨੂੰ ਬਹੁਤ ਜਾਣਕਾਰੀ ਯੂਨੀਵਰਸਿਟੀ ਦਿੰਦੀ ਹੈ ਉਹਨਾਂ ਦੀ ਆਪਣੀ ਸਾਈਟ ਹੈ ਉੱਥੇ ਬਹੁਤ ਜਾਣਕਾਰੀ ਪਈ ਹੋਈ ਹੈ ਤੁਸੀਂ ਉੱਥੋਂ ਲੈ ਸਕਦੇ ਹੋ ਇਸ ਤੋਂ ਇਲਾਵਾ ਯੂਨੀਵਰਸਿਟੀ ਟ੍ਰੇਨਿੰਗ ਕਰਾਉਂਦੀ ਹੈ ਖੇਤੀਬਾੜੀ ਵਿਭਾਗ ਟ੍ਰੇਨਿੰਗ ਕਰਾਉਂਦਾ ਹੈ ਬਾਗਬਾਨੀ ਵਿਭਾਗ ਕਰਾਉਂਦਾ ਹੈ ਮੱਛੀ ਪਾਲਣ ਵਿਭਾਗ ਪਰ ਕਰਾਉਂਦਾ ਹੈ ਪਸ਼ੂ ਪਾਲਣ ਵਿਭਾਗ ਕਰਾਉਂਦਾ ਤੁਹਾਡੇ ਵਿੱਚੋਂ ਬਹੁਤ ਸਾਰੇ ਕਿਸਾਨ ਉੱਥੇ ਨਹੀਂ ਜਾਂਦੇ ਉਹ ਆਵਾਜ਼ਾਂ ਮਾਰਦੇ ਰਹਿੰਦੇ ਨੇ ਫੋਨ ਕਰਦੇ ਆ ਰੇਡੀਓ ਟੀਵੀ ਅਖਬਾਰਾਂ ਚ ਆਪ ਜਾ ਕੇ ਪਰ ਉਸੇ ਵੇਖਿਆ ਉਹਨਾਂ ਦੇ ਮੈਂਬਰ ਵੀ ਕਈ ਵਾਰੀ ਪੂਰੇ ਨਹੀਂ ਹੁੰਦੇ ਉਹਨਾਂ ਨੂੰ ਸਮੱਸਿਆਵਾਂ ਆਉਂਦੀਆਂ ਨੇ ਹੁੰਦਾ ਕਿ ਸਰਕਾਰ ਵੱਲੋਂ ਕਈ ਕਿਸਮ ਦੇ ਪ੍ਰੋਗਰਾਮ ਚਲਾਏ ਜਾਂਦੇ ਆ ਕਈ ਤਾਂ ਸਬਸਿਡੀਆਂ ਆਉਂਦੀਆਂ ਨੇ ਜਿਵੇਂ ਮਸ਼ੀਨਾਂ ਦੇ ਉੱਤੇ ਜਿਹੜੀ ਖੇਤੀ ਨਾਲ ਸੰਬੰਧਿਤ ਹੈ ਭਾਵੇਂ ਕਿ ਮਹਿਕਮੇ ਦੇ ਵਿੱਚ ਕਈ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਕਿ ਲੋਕਾਂ ਤੱਕ ਨਹੀਂ ਪਹੁੰਚਣ ਦਿੰਦੇ ਕਾਗਜ਼ਾਂ ਤੇ ਹੀ ਰਹਿਣ ਦਿੰਦੇ ਆ ਇੱਕ ਸਕੈਮ ਵੀ ਪੰਜਾਬ ਦੇ ਵਿੱਚ ਬੜਾ ਵੱਡਾ ਆਇਆ ਆ ਜਿਹਦੀ ਕੇਂਦਰ ਸਰਕਾਰ ਨੇ ਜਿਹੜੀ ਆ ਉਹ ਇਨਵੈਸਟੀਗੇਸ਼ਨ ਕਰਨ ਦੇ ਵੀ ਆਰਡਰ ਦੇ ਦਿੱਤੇ ਆ ਜਿਹੜਾ ਅਸੀਂ ਸੰਭਾਲਣਾ ਸੀ ਇਹ ਆਪਣੀ ਨਾੜ ਹੈ ਤੇ ਪਰਾਲੀ ਹੈ ਤੇ ਬਾਕੀ ਜਿਹੜੀਆਂ ਚੀਜ਼ਾਂ ਬੱਤ ਖੁੱਛ ਜਾਂਦੀਆਂ ਨੇ ਖੇਤੀ ਨਹੀਂ ਉਹਨਾਂ ਨੂੰ ਕਿਵੇਂ ਆਪਾਂ ਖਾਦਾਂ ਦੇ ਵਿੱਚ ਬਦਲ ਲੈਣਾ ਜਾਂ ਵਰਤੋਂ ਵਿੱਚ ਲਿਆਉਣਾ ਉਹਦੇ ਨਾਲ ਜੁੜਿਆ ਇੱਕ ਬਹੁਤ ਵੱਡਾ ਸਕੈਮ ਆ ਕਿਉਂਕਿ ਸੈਂਟਰ ਨੇ ਪੈਸੇ ਦਿੱਤੇ تھے ਇਥੇ ਕਾਗਜ਼ਾਂ ਤੇ ਕਹਿੰਦੇ ਹੈਗੇ ਨੇ ਇੱਕ ਤਾਂ ਮਸ਼ੀਨਰੀ ਤੇ ਸਬਸਿਡੀ ਹੁੰਦੀ ਆ ਤੁਹਾਨੂੰ ਦੂਸਰੀ ਤੁਹਾਨੂੰ ਸਰਕਾਰਾਂ ਵੱਲੋਂ ਨਵੇਂ ਬੀਜ ਵੀ ਦਿੱਤੇ ਜਾਂਦੇ ਆ ਉਹ ਵੀ ਸਬਸਿਡੀ ਤੇ ਦਿੱਤੇ ਜਾਂਦੇ ਆ ਇਸ ਦੇ ਨਾਲ ਸਰਕਾਰਾਂ ਕਈ ਟ੍ਰੇਨਿੰਗਸ ਕਰਾਉਂਦੀਆਂ ਨੇ ਜਿਵੇਂ ਮਸ਼ਰੂਮ ਦੀ ਟ੍ਰੇਨਿੰਗ ਹੈ ਇਸੇ ਤਰ੍ਹਾਂ ਮਸ਼ੀਨਰੀ ਦੀ ਟ੍ਰੇਨਿੰਗ ਹੈ ਨਵੇਂ ਬੀਜ ਬਣਾਉਣ ਦੀ ਟ੍ਰੇਨਿੰਗ ਹੈ ਜਾਂ ਕੋਈ ਹੋਰ ਕੰਮ ਕਰਨ ਦੀ ਟ੍ਰੇਨਿੰਗ ਹੈ ਖੇਤੀ ਨਾਲ ਸੰਬੰਧਿਤ ਟ੍ਰੇਨਿੰਗਾਂ ਆਉਂਦੀਆਂ ਰਹਿੰਦੀਆਂ ਨੇ ਇਸ ਤੋਂ ਇਲਾਵਾ ਸਰਕਾਰਾਂ ਵਕ-ਵਕ ਕਿਸਾਨਾਂ ਨੂੰ ਜਿਹੜੇ ਅੱਛੇ ਕਿਸਾਨ ਹੁੰਦੇ ਆ ਜਿਹੜੇ ਦੂਸਰਿਆਂ ਲਈ ਮਾਡਲ ਬਣ ਸਕਦੇ ਆ ਉਹਨਾਂ ਕਿਸਾਨਾਂ ਨੂੰ ਟੂਰ ਪ੍ਰੋਗਰਾਮ ਤੇ ਭਾਵ ਕੇ ਦੌਰਿਆਂ ਤੇ ਲੈ ਕੇ ਜਾਂਦੀ ਬਾਹਰ ਕਿਸੇ ਨੂੰ ਇਜ਼ਰਾਈਲ ਲੈ ਕੇ ਜਾਂਦੇ ਆ ਕਿਸੇ ਨੂੰ ਚੀਨ ਲੈ ਕੇ ਗਏ ਆ ਕਿਸੇ ਨੂੰ ਕਿਸੇ ਹੋਰ ਮੁਲਕ ਦੇ ਵਿੱਚ ਜਿੱਥੇ ਚੰਗੀ ਖੇਤੀ ਹੁੰਦੀ ਹੈ ਉੱਥੇ ਜਾਂਦੇ ਆ ਤੁਹਾਡੇ ਵਿੱਚੋਂ ਕਿੰਨਿਆਂ ਕਿਨੇ ਇਸ ਬਾਰੇ ਜਾਣਕਾਰੀ ਰੱਖੀ ਹੈ ਕਿ ਕਿਸਾਨ ਬਾਹਰ ਕਿਵੇਂ ਜਾਂਦੇ ਆ ਪਰ ਜਾਂਦੇ ਉਹ ਹੀ ਕਿਸਾਨ ਹੈ ਜਿਹੜੇ ਇਹਨਾਂ ਦੇ ਨਾਲ ਜੁੜੇ ਰਹਿੰਦੇ ਆ ਭਾਵ ਕਿ ਗਾਹੇ ਬਗਾਹੇ ਇਨਾਂ ਨਾਲ ਫੋਨ ਤੇ ਗੱਲ ਕਰਦੇ ਆ ਚਾਹੇ ਉਹ ਖੇਤੀਬਾੜੀ ਵਿਭਾਗ ਹੋਵੇ ਜਾਂ ਖੇਤੀ ਵਿਗਿਆਨ ਕੇਂਦਰ ਜਾਂ ਯੂਨੀਵਰਸਿਟੀ ਹੋਵੇ ਜਾਂ ਬਾਗਬਾਨੀ ਵਿਭਾਗ ਜਾਂ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਜਿੰਨੇ ਵੀ ਵਿਭਾਗ ਹੈ ਮੱਛੀ ਪਾਲਣ ਵਿਭਾਗ ਐ ਇਸੇ ਤਰ੍ਹਾਂ ਪਸ਼ੂ ਪਾਲਣਾ ਗਾਹੇ ਬਗਾਏ ਇੱਕ ਤਾਂ ਅਸੀਂ ਉਹਨਾਂ ਨੂੰ ਮਿਲਦੇ ਰਹੀਏ ਟੈਲੀਫੋਨ ਕਰਦੇ ਰਹੀਏ ਦੂਸਰੀ ਇਹ ਹੈ ਕਿ ਜਾਣਕਾਰੀ ਰੱਖੀਏ ਪੁੱਛਦੇ ਰਹੀਏ ਕਿ ਕੋਈ ਸਕੀਮ ਆਈ ਹੈ ਕਿਤੇ ਟੂਰ ਤਾਂ ਨਹੀਂ ਜਾਣਾ ਕੋਈ ਟ੍ਰੇਨਿੰਗ ਤਾਂ ਨਹੀਂ ਹੈਗੀ ਇਹਦਾ ਫਾਇਦਾ ਤੁਹਾਨੂੰ ਹੋਣਾ ਉਹਦਾ ਕਾਰਨ ਫਾਇਦਾ ਕਿਵੇਂ ਹੋਣਾ ਕਿ ਜਿਹੜੇ ਸਾਡੇ ਪੁਰਾਣੇ ਅਸੀਂ ਪੁਰਾਣੇ ਲੋਕ ਨੇ ਉਹ ਤਾਂ ਨਹੀਂ ਇੰਟਰਸਟ ਲੈਂਦੇ ਪਰ ਜਿਹੜੀ ਨਵੀਂ ਪੀੜ੍ਹੀ ਹੈ ਜਿੰਤੇ ਅਸੀਂ ਦੋਸ਼ ਲਾਉਨੇ ਆ ਕਿ ਉਹ ਖੇਤੀ ਤੋਂ ਭੱਜ ਰਹੀ ਹੈ ਉਹਦਾ ਭੱਜਣ ਦਾ ਕਾਰਨ ਇਹ ਆ ਕਿ ਅਸੀਂ ਸਦੀਆਂ ਤੋਂ ਰਵਾਇਤੀ ਖੇਤੀ 'ਚ ਫਸੇ ਹੋਏ ਆ ਤੇ ਉਹਦੇ ਵਿੱਚ ਬਦਲਾਅ ਕੋਈ ਨਹੀਂ ਆ ਰਿਹਾ ਤੁਸੀਂ ਸਰਕਾਰਾਂ 'ਚ ਤੇ ਬਦਲਾਅ ਚਾਹੁੰਦੇ ਹੋ ਤੁਸੀਂ ਰੋਜ਼ ਰੋਟੀ ਖਾਣ ਵਾਲੇ ਸਬਜ਼ੀ ਨਵੀਂ ਚਾਹੁੰਦੇ ਹੋ ਕੱਪੜੇ ਨਵੇਂ ਚਾਹੁੰਦੇ ਹੋ ਕੋਈ ਸਾਲਾਂ ਬਾਅਦ ਘਰ ਬਦਲਣਾ ਚਾਹੁੰਦੇ ਹੋ ਪਰ ਖੇਤੀ ਦੇ ਧੰਦੇ ਵਿੱਚ ਆਪਾਂ ਬਦਲਾ ਕੋਈ ਨਹੀਂ ਕਰਦੇ ਆਪਾਂ ਉੱਥੇ ਹੀ ਅੜੇ ਝੋਨਾ ਕਣਕ ਝੋਨਾ ਕਣਕ ਇਹਦੇ ਵਿੱਚ ਅਸੀਂ ਲੱਗੇ ਹੋਏ ਆਂ ਫਸਲ ਪ੍ਰਣਾਲੀ ਕਿਵੇਂ ਬਦਲਣੀ ਹੈ ਕਿਵੇਂ ਵਧੀਆ ਦਵਾਈਆਂ ਲੈ ਕੇ ਛੜਕਾਅ ਕਰਨਾ ਹੈ ਕਿਵੇਂ ਵਧੀਆ ਬੀਜ ਬਣਾਉਣੇ ਆ ਮਸ਼ੀਨਰੀ ਕਿਵੇਂ ਸਾਨੂੰ ਮਿਲ ਸਕਦੀ ਹੈ ਸਬਸਿਡੀ ਕਿਵੇਂ ਮਿਲ ਸਕਦੀ ਹੈ ਬਹੁਤ ਸਾਰੀਆਂ ਟ੍ਰੇਨਿੰਗਸ ਆਉਂਦੀਆਂ ਨੇ ਸਬਸਿਡੀਆਂ ਆਉਂਦੀਆਂ ਨੇ ਉਹਨਾਂ ਨੂੰ ਜੇ ਤੁਸੀਂ ਪ੍ਰਾਪਤ ਕਰਨਾ ਹੈ ਤਾਂ ਤੁਹਾਨੂੰ ਇਹਨਾਂ ਵਿਭਾਗਾਂ ਦੇ ਨਾਲ ਲਗਾਤਾਰ ਸੰਬੰਧ ਰੱਖਣੇ ਪੈਣਗੇ ਦੂਸਰਿਆਂ ਨੂੰ ਵੀ ਦੱਸੋ ਤਾਂ ਕਿ ਸਰਕਾਰ ਜਿਹੜੇ ਪੈਸੇ ਤੁਹਾਡੇ ਉੱਤੇ ਖਰਚਦੀ ਆ ਉਹ ਤੁਹਾਡੇ ਤੱਕ ਪਹੁੰਚ ਸਕਣ ਬਜਟ ਦੇ ਵਿੱਚ ਜਿਹੜੇ ਪੈਸੇ ਰੱਖੇ ਜਾਂਦੇ ਆ ਸੋ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਇਹਨਾਂ ਸਬਸਿਡੀਆਂ ਦਾ ਟ੍ਰੇਨਿੰਗਸ ਦਾ ਟੂਰ ਦਾ ਜਾਂ ਜਿਹੜਾ ਸਮਾਨ ਆਉਂਦਾ ਹੈ ਬੀਜ ਵਗੈਰਾ ਉਹਨਾਂ ਕੋਲੇ ਆਉਂਦੇ ਆ ਕਈ ਵਾਰੀ ਦਵਾਈਆਂ ਵੀ ਆ ਜਾਂਦੀਆਂ ਉਹਨਾਂ ਕੋਲੇ ਜਦੋਂ ਝੋਨੇ ਤੇ ਜਾਂ ਕਣਕ ਦੇ ਕੋਈ ਇੱਕਦਮ ਵੱਡੀ ਬਿਮਾਰੀ ਆ ਜਾਏ ਤਾਂ ਸਰਕਾਰ ਸਬਸਿਡੀ ਤੇ ਦਵਾਈਆਂ ਵੀ ਦਿੰਦੀ ਆ ਪਰ ਹੁੰਦਾ ਕੀ ਆ ਕਿ ਉਹਨਾਂ ਨੂੰ ਜਾਣਨ ਵਾਲੇ ਜਾਂ ਉਹਨਾਂ ਦੇ ਨੇੜੇ-ਨੇੜੇ ਜਾਂ ਜਿਵੇਂ ਦੋਸ਼ ਲੱਗਦੇ ਆ ਕਿ ਮੰਤਰੀਆਂ ਦੇ ਘਰਾਂ ਚ ਚਲਿਆ ਜਾਂਦਾ ਅਫਸਰਾਂ ਦੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਨੂੰ ਤਾਂ ਮਿਲ ਜਾਂਦਾ ਪਰ ਜਿਹੜੇ ਦੂਰ ਦਰਾਡੇ ਕਿਸਾਨ ਆ ਉਹ ਵਿਚਾਰੇ ਰਹਿ ਜਾਂਦੇ ਆ ਸੋ ਇਹ ਸਰਕਾਰਾਂ ਦੀਆਂ ਸਕੀਮਾਂ ਦਾ ਫਾਇਦਾ ਉਠਾਉਣ ਦੇ ਲਈ ਬਹੁਤ ਜ਼ਰੂਰੀ ਆ ਕਿ ਤੁਸੀਂ ਇਹ ਵਿਭਾਗਾ ਨਾਲ ਜੁੜ ਕੇ ਰਹੋ ਤੇ ਤੁਹਾਨੂੰ ਜਿੱਥੇ ਕੋਈ ਗਲਤੀ ਲੱਗਦੀ ਆ ਤੇ ਉਹਨਾਂ ਨੂੰ ਉੱਥੇ ਜਾ ਕੇ ਤੁਸੀਂ ਜਿਵੇਂ ਜਿਹਨੂੰ ਕਹਿੰਦੇ ਆ ਨਾ ਕਿ ਚੂੰਡੀ ਵਢਣੀ ਉਹਨਾਂ ਨੂੰ ਜਾ ਕੇ ਅਲਰਟ ਵੀ ਕਰੋ ਕਿ ਤੁਸੀਂ ਇੱਥੇ ਗਲਤ ਕਰਦੇ ਪਏ ਹੋ ਕਿ ਕਿਸਾਨਾਂ ਦਾ ਹਿੱਸਾ ਕਿਸਾਨਾਂ ਤੱਕ ਕਿਉਂ ਨਹੀਂ ਪਹੁੰਚਦਾ ਹੈਗਾ ਕਈ ਹੈਗੇ ਨੇ ਅਫਸਰ ਇਹੋ ਜੇ ਕਈ ਹੈ ਉਹ ਜੇ ਕਰਮਚਾਰੀ ਹੁੰਦੇ ਆ ਜਿਹੜੇ ਜਿਹੜੀ ਅੱਖ ਜੜੀ ਆ ਉਹ ਦੱਬ ਜਾਂਦੇ ਆ ਸੋ ਆਪਾਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਲਈਏ ਤਾਂ ਕਿ ਆਪਾਂ ਫਾਇਦਾ ਦੂਸਰਿਆਂ ਨੂੰ ਤੇ ਸਮਾਜ ਨੂੰ ਵੀ ਅੱਗੇ ਦੇ ਸਕੀਏ ਹੁਣ ਵੇਲਾ ਹੁੰਦਾ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਦੇ ਆਂ